ਕਿਉਂਕਿ ਅੱਜ ਲਾਲਚ ਦੇ ਵਿੱਚ ਆ ਕੇ ਜਿਹੜਾ ਸਿੱਖ ਹੈ ਉਹ ਗੁਰੂ ਤੋਂ ਦੂਰ ਹੋ ਰਿਹਾ। ਪਹਿਲਾਂ ਤਾਂ ਮੈਂ ਬੇਨਤੀ ਕਰਦੇ ਹਾਂ, ਜਿਹੜੇ ਸਿੱਖ ਇਹ ਮੰਨ ਕੇ ਬੈਠੇ ਨੇ ਵੀ ਜਿੱਧਰ ਸਹੂਲਤਾਂ ਮਿਲਣਗੀਆਂ ਜੀ, ਜਿੱਧਰ ਸੁੱਖਾਂ ਦੇ ਸਾਧਨ ਮਿਲਣਗੇ, ਅਸੀਂ ਉੱਧਰ ਨੂੰ ਜਾਣਾ, ਉਹਨਾਂ ਲਈ ਬੇਨਤੀ ਹੈ। ਅਸੀਂ ਸਰਹੰਦ ਦੀ ਕਚਹਿਰੀ ਕਿਉਂ ਭੁੱਲ ਜਾਂਦੇ ਹਾਂ? ਜਿੰਨੀਆਂ ਸਹੂਲਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੂੰ ਆਫਰ ਹੋਈਆਂ, ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਨੂੰ, ਇੰਨੀਆਂ ਤੇ ਤੁਹਾਨੂੰ ਆਫਰ ਨਹੀਂ ਕਿਸੇ ਨੇ ਕੀਤੀਆਂ ਹੋਣੀਆਂ। ਵਜ਼ੀਰ ਖਾਨ ਕੀ ਕਹਿੰਦਾ, ਬੱਚਿਓ ਤੁਹਾਨੂੰ ਧਨ ਮਿਲੇਗਾ, ਦੌਲਤ ਮਿਲੇਗਾ, ਮਿਲਣਗੇ ਤਖਤ ਤਾਜ ਮਿਲਣਗੇ, ਵਜ਼ੀਰੀਆਂ ਸੂਬੇਦਾਰੀਆਂ ਮਿਲਣਗੀਆਂ, ਬਾਦਸ਼ਾਹਾਂ ਦੀਆਂ ਵਜ਼ੀਰਾਂ ਦੇ ਨਾਲ ਤੁਹਾਡੇ ਰਿਸ਼ਤੇ ਜੁੜਨਗੇ। ਪਰ ਇਹਦੇ ਬਦਲੇ ਕਰਨਾ ਕੀ ਹੈ? ਤੁਸੀਂ ਇਹ ਕਹਿ ਦਿਓ ਵੀ ਅਸੀਂ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਹਾਂ, ਅੱਜ ਤੋਂ ਬਾਅਦ ਸਾਡਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਕੋਈ ਨਹੀਂ ਹੈ, ਸਾਨੂੰ ਇਸਲਾਮ ਕਬੂਲ ਹੈ, ਸਾਨੂੰ ਤੁਹਾਡਾ ਧਰਮ ਕਬੂਲ ਹੈ, ਬਸ ਇੰਨਾ ਹੀ ਤੇ ਕਹਿਣਾ। ਦੁਨੀਆਂ ਦੀਆਂ ਸਾਰੀਆਂ ਦੌਲਤਾਂ ਤੁਹਾਡੀ ਝੋਲੀ ਆ ਪੈਣਗੀਆਂ। ਤੇ ਅੱਜ ਹੋ ਰਿਹਾ ਜੀ, ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਇਸ ਗੱਲ ਦੇ ਪਿੱਛੇ ਸਿੱਖੀ ਛੱਡ ਕੇ ਜਾ ਰਿਹਾ ਹੈ ਤਾਂ ਜੀ ਮੈਨੂੰ ਦੁਨਿਆਵੀ ਸਹੂਲਤਾਂ ਮਿਲ ਰਹੀਆਂ ਜੀ, ਆ ਤੁਹਾਡੇ ਮਾਝੇ ਦੇ ਏਰੀਏ ਵਿੱਚ ਤੇ ਨਾਸ਼ ਹੀ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਕਿਹਾ ਬਾਣੀ ਦੇ ਅੰਦਰ, ਇਹ ਸਹੂਲਤਾਂ ਭਾਵੇਂ ਕਿਸੇ ਦੂਜੇ ਫਿਰਕੇ ਵਾਲਿਆਂ ਦੇ ਵੱਲੋਂ ਨੇ ਤੇ ਭਾਵੇਂ ਇਹ ਸਹੂਲਤਾਂ ਸਰਕਾਰਾਂ ਦੇ ਵੱਲੋਂ ਨੇ। ਸੁੱਖ ਸਹੂਲਤਾਂ ਦੀ ਖਾਤਰ ਧਰਮ ਨੂੰ ਦੀਨ ਨੂੰ ਤਿਆਗਣ ਵਾਲਾ ਆਪਣੇ ਪੈਰਾਂ ਦੇ ਉੱਤੇ ਆਪ ਕੁਹਾੜੀ ਮਾਰਦਾ ਹੈ। ਫਰੀਦਾ ਦੀਨ ਗਵਾਇਆ, ਦੁਨੀ ਸੌ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤੇ ਬੜੇ ਸਖਤ ਸ਼ਬਦਾਂ ਵਿੱਚ ਕਿਹਾ, ਜੇ ਜੀਵੈ ਪਤ ਲੱਥੀ ਜਾਈ ਮਾਜ ਰਾਜ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਅਸਲ ਵਿੱਚ ਜਿਉਂਦਾ ਮਨੁੱਖ ਉਹ ਹੈ ਜਿਹਦੇ ਮਨ ਵਿੱਚ ਉਹ ਇੱਕ ਸੱਚਾ ਪਰਮਾਤਮਾ ਵਸਿਆ। ਨਾਨਕ ਅਵਰ ਨਾ ਜੀਵੈ ਕੋਈ, ਜੇ ਜੀਵੈ ਪਤ ਲੱਥੀ ਜਾਏ। ਜ਼ਿੰਦਗੀ ਤੇ ਹੈ ਪਰ ਇੱਜ਼ਤ ਗਵਾ ਕੇ ਜੀ ਰਹੇ ਹਾਂ, ਅਣਖ ਨੂੰ ਗਵਾ ਕੇ ਜੀ ਰਹੇ ਹਾਂ। ਜਿਹੜੀ ਅੱਜ ਦੀ ਹਾਕਮ ਜਮਾਤ ਹੈ ਤੇ ਦੂਜੇ ਫਿਰਕਿਆਂ ਵਾਲੇ ਜਿਹੜੇ ਤੁਹਾਨੂੰ ਲਾਲਚ ਦੇ ਕੇ ਸਿੱਖ ਕਹਿੰਦੇ ਸਾਡੇ ਵੱਲ ਆ ਜਾਓ, ਉਹ ਕੀ ਕਰ ਰਹੇ ਨੇ? ਸੁੱਖ ਸਹੂਲਤਾਂ ਦੁਨਿਆਵੀ ਦੇ ਰਹੇ ਨੇ,
ਤੇ ਤੁਸੀਂ ਪੁੱਤਰ ਕਿਹਦੇ ਹੋ, ਤੁਸੀਂ ਸਿੱਖ ਕਿਹਦੇ ਹੋ? ਉਸ ਗੁਰੂ ਦੇ ਸਿੱਖ ਹੋ ਜਿਸ ਗੁਰੂ ਦੇ ਪੁੱਤਰਾਂ ਨੇ ਠੋਕਰ ਮਾਰ ਕੇ ਦੁਨਿਆਵੀ ਸਹੂਲਤਾਂ ਨੂੰ, ਹਕੂਮਤ ਦੀਆਂ ਸਹੂਲਤਾਂ ਨੂੰ ਠੋਕਰ ਮਾਰ ਕੇ ਕਿਹਾ ਅਸੀਂ ਅਣਖ ਦੇ ਨਾਲ ਜਿਉਣਾ ਤੇ ਅਣਖ ਨਾ ਮਰਨਾ, ਸਾਨੂੰ ਨੀਹਾਂ ਵਿੱਚ ਚਨਵਾ ਕੇ ਸ਼ਹੀਦ ਹੋਣਾ ਪ੍ਰਵਾਨ ਹੈ ਪਰ ਦੀਨ ਤਿਆਗ ਕੇ ਧਰਮ ਨੂੰ ਛੱਡ ਕੇ ਦੁਨਿਆਵੀ ਸਹੂਲਤਾਂ ਪ੍ਰਵਾਨ ਨਹੀਂ। ਸਿੱਖ ਅਸੀਂ ਉਸ ਗੁਰੂ ਦੇ ਹਾਂ। ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ, ਉਹ ਸਭ ਸਹੂਲਤਾਂ ਹਰਾਮ ਨੇ, ਉਹ ਸਾਰੇ ਸੁੱਖਾਂ ਦੇ ਸਾਧਨ ਹਰਾਮ ਨੇ ਜਿਹੜੇ ਤੁਹਾਡੀ ਅਣਖ ਨੂੰ ਮਾਰ ਕੇ ਤੁਹਾਨੂੰ ਮਿਲਦੇ। ਹਕੂਮਤਾਂ ਵੀ ਇਹੀ ਕਰਦੀਆਂ ਨੇ, ਸੁੱਖ ਸਹੂਲਤਾਂ ਦਿੰਦੀਆਂ ਨੇ ਕਾਹਦੇ ਵਾਸਤੇ? ਸਾਨੂੰ ਨਲਾਇਕਾਂ ਨੂੰ ਚੁਣ ਲਓ, ਸਾਨੂੰ ਨਿਕੰਮਿਆਂ ਨੂੰ ਤੁਸੀਂ ਚੁਣ ਲਓ, ਅਸੀਂ ਤੁਹਾਨੂੰ ਆਟਾ ਦੇਵਾਂਗੇ, ਦਾਲ ਦੇਵਾਂਗੇ। ਗੁਰੂ ਪਾਤਸ਼ਾਹ ਨੇ ਸਾਨੂੰ ਕਿਰਤੀ ਬਣਾਇਆ ਸੀ, ਕਿਰਤੀ ਕਿਉਂ ਬਣਾਇਆ ਸੀ? ਪਹਿਲਾ ਸਿਧਾਂਤ ਹੀ ਇਹ ਕਿਹਾ ਕਿਰਤ ਕਰੋ, ਨਾਮ ਜਪਣ ਦੀ ਗੱਲ ਬਾਅਦ ਵਿੱਚ ਕੀਤੀ ਨਾ। ਕਾਰਨ ਹੀ ਇਹ ਸੀ, ਜਿਹੜਾ ਬੰਦਾ ਖੁਦ ਕਿਰਤ ਕਰਦਾ ਨਾ ਉਹਨੂੰ ਕਿਸੇ ਅੱਗੇ ਅਣਖ ਤੇ ਸ਼ਰਮ ਹਯਾ ਛੱਡ ਕੇ ਹੱਥ ਨਹੀਂ ਅੱਡਣੀ ਪੈਂਦੀ। ਸਿੱਖਾ ਮੈਂ ਤੈਨੂੰ ਕਿਰਤੀ ਬਣਾ ਕੇ ਚੱਲਿਆ, ਤੂੰ ਕਿਰਤ ਕਰੀ ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਦੇ ਇਹ ਨਾ ਹੋਵੇ ਕਿ ਤੈਨੂੰ ਆਪਣੀ ਜ਼ਮੀਰ ਮਾਰ ਕੇ, ਤੈਨੂੰ ਆਪਣੀ ਅਣਖ ਮਾਰ ਕੇ, ਤੈਨੂੰ ਆਪਣਾ ਧਰਮ ਤਿਆਗ ਕੇ, ਤੈਨੂੰ ਸੱਚ ਤੋਂ ਪਰੇ ਕਰਕੇ, ਦੁਨਿਆਵੀ ਸੁੱਖ ਸਹੂਲਤਾਂ ਦੀ ਖਾਤਰ ਤੈਨੂੰ ਧਰਮ ਦੇਣ ਤੋਂ ਪਰੇ ਹੋਣਾ ਪੈ ਜਾ। ਇਸ ਲਈ ਮੈਂ ਤੈਨੂੰ ਕਿਰਤੀ ਬਣਾ ਕੇ ਚੱਲੇ, ਤੂੰ ਕਿਰਤੀ ਹੈ। ਇਹ ਸਾਡਾ ਸਿਧਾਂਤ ਹੈ। ਗੁਰੂ ਪਾਤਸ਼ਾਹਾਂ ਦੇ ਇਤਿਹਾਸ ਨੂੰ ਦੇਖੋ, ਸਾਡੇ ਸਿੱਖਾਂ ਦੇ ਸ਼ਹੀਦਾਂ ਦੇ ਇਤਿਹਾਸ ਨੂੰ ਦੇਖੋ। ਉਹਨੇ ਦੁਨਿਆਵੀ ਸਹੂਲਤਾਂ ਨੂੰ ਠੋਕਰ ਮਾਰ ਕੇ ਕਿਹਾ ਅਣਖ ਦੀ ਮੌਤ ਵੀ ਪ੍ਰਵਾਨ ਹੈ, ਜ਼ਲਾਨਤ ਭਰੀ ਜ਼ਿੰਦਗੀ ਵੀ ਹਰਾਮ ਹੈ।